ਇਹ ਜਿਹੜਾ ਆਜ਼ਾਦੀ ਦਾ ਜਸ਼ਨ ਮਨਾਉਣ ਡੇ ਆ ਨਾ, ਅਸੀਂ ਆਜ਼ਾਦ ਨੀ ਗਏ। ਜੇ ਅਸੀਂ ਕਿਤੇ ਆਜ਼ਾਦ ਹੁੰਦੇ ਨਾ, ਸਾਡੇ ਅੱਗੇ ਕੰਧਾਂ ਨਾ ਹੁੰਦੀਆਂ 13 ਫਰਵਰੀ ਨੂੰ, ਸਾਡੇ ਅੱਗੇ ਕਿੱਲ ਨਾ ਠੋਕੇ ਜਾਂਦੇ। ਜੇ ਅਸੀਂ ਕਿਤੇ ਆਜ਼ਾਦ ਹੁੰਦੇ ਨਾ, ਤੇ ਸਾਨੂੰ ਦਿੱਲੀ ਜਾਣ ਦਾ ਹੁਕਮ ਹੁੰਦਾ। ਅਸੀਂ ਆਜ਼ਾਦ ਨੀ ਗਏ, ਅਸੀਂ ਗੁਲਾਮ ਹਾਂ। ਅਸੀਂ ਇਹਨੂੰ ਮੋਦੀ ਨੂੰ ਦੱਸ ਦੇਣਾ ਚਾਹੁੰਦੇ ਹਾਂ, ਮੋਦੀ ਤੂੰ ਕਿਹੜੇ ਪਾਗ ਦੀ ਮੂਨੀ ਆ, ਤੇਰੀਆਂ ਜੜਾਂ ਪੁੱਟ ਦਾਂਗੇ, ਜੜਾਂ ਪੁੱਟ ਦਾਂਗੇ। ਜਿਹੜਾ ਤੂੰ ਸਾਡੇ ਕਿੱਲ ਠੋਕੇ ਕੰਧਾਂ ਕੀਤੀਆਂ ਵਾ, ਕਿੰਨਾ ਚਿਰ ਕਰ ਛੱਡੇਗਾ? 2 ਸਾਲ 4 ਸਾਲ 5 ਸਾਲ, ਜਿੰਨਾ ਚਿਰ ਮਰਜ਼ੀ ਅੰਦੋਲਨ ਚਲਾਣੀ ਲੜਾਂਗੇ, ਜਿੰਨਾ ਚਿਰ ਸਾਡੇ ਸਾਹ ਚੱਲਦੇ ਆ। ਜਿਹਨਾਂ ਚੋਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਵਾ, ਕਣਕਾਂ ਹੁੰਦੇ ਆ, ਅਸੀਂ ਇਹਨਾਂ ਨੂੰ ਆਉਂਦੇ ਹਾਂ, ਅਧਿਕਾਰੀਆਂ ਨੂੰ, ਇਹ ਵੀ ਚੋਰ ਵਾ। ਭਗਵੰਤ ਮਾਨ ਕਹਿੰਦਾ ਮੈਂ ਚਾਹੋ ਤਾਂ ਨਸ਼ਾ ਖਤਮ ਕਰ ਦੂੰਗਾ, ਕਰਤੇ ਆ ਘਰ ਘਰ ਜਿਹੜੀਆਂ ਲਾਸ਼ਾਂ ਚੁੱਕ ਕੇ ਮੜੀਆਂ ਨੂੰ ਤੁਰੇ ਜਾਣ ਡਿਆ, ਤਾਂ ਅਸੀਂ ਇਹਨਾਂ SDM ਨੂੰ, DC SSP, ਡਿਪਟੀ ਨੂੰ, SHO ਨੂੰ, ਤਾਂ ਚੋਰ ਆਉਂਦੇ ਆ। ਇੱਕ ਦਿਨ ਮੇਰੇ ਭਰਾ ਦਾ ਹੱਥ ਵੱਡਿਆ ਗਿਆ, ਪੱਟੀ ਕਰਾਉਣ ਆਇਆ, ਤੇ ਨਰਸਾਂ ਕਹਿੰਦਾ ਸਾਡੇ ਇੱਥੇ ਦਫ਼ਤਰ ਦਾ ਧਿਆਨ ਰੱਖਿਓ, ਮੈਂ ਪੱਟੀ ਕਰ ਦਿੰਦੀ ਹਾਂ, ਕਿਤੇ ਸਰਿੰਜਾ ਨਾ ਚੁੱਕ ਕੇ ਲੈ ਜਾਣਾ। ਇਹ SDM ਸੁੱਤਾ ਵਾ, ਇਹਨੂੰ ਨੀ ਪਤਾ ਕਾਨੂੰਨ ਸਾਹਿਬ ਕੀ ਹੋਣ ਡਿਆ। SHO ਸੁੱਤੀ ਆ, ਡਿਪਟੀ ਸੁੱਤਾ ਵਾ, ਇੱਥੇ ਤਾਂ ਬੜੇ ਹਾਰ ਪਾਉਣ ਡਿਆ, ਆਣ ਕੇ ਫਲੈਗ ਚੜਾਉਣ ਡਿਆ, ਕੀ ਫਲੈਗ ਕਰਨੇ ਆਈ ਚੜਾ ਕੇ, ਜਦੋਂ ਸਾਡੇ ਬੱਚੇ ਨਾ ਰਹੇ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਅਤੇ ਮੈਂ ਤੁਹਾਡੇ ਨਾਲ ਰਵੀ ਖਰਾ। ਸੋ ਦੇਸ਼ ਅੱਜ 78ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਦਾਣਾ ਮੰਡੀ ਖਡੂਰ ਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਕਿ ਕਿਸਾਨ ਲੱਖਾਂ ਦੀ ਗਿਣਤੀ ਵਿੱਚ ਟਰੈਕਟਰ ਲੈ ਕੇ ਪੁੱਜੇ ਨੇ, ਤਾਂ ਇੱਥੇ ਇੱਕ ਟਰੈਕਟਰ ਮਾਰਚ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ। ਹਾਲਾਂਕਿ ਅੱਜ 78ਵਾਂ ਆਜ਼ਾਦੀ ਦਿਵਸ ਦੇਸ਼ ਮਨਾ ਰਿਹਾ ਹੈ, ਉੱਥੇ ਕਿਸਾਨ ਸੜਕਾਂ 'ਤੇ ਨੇ, ਕੀ ਕਾਰਨ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਧਾਨ ਜੀ ਨਾਲ, ਕੀ ਕਹਿਣਾ ਇਸ ਬਾਬਤ। ਹਾਂਜੀ ਪ੍ਰਧਾਨ ਜੀ, ਕੀ ਕਹਿਣਾ ਚਾਹੋਗੇ? ਇੱਕ ਪਾਸੇ ਆਜ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਅਤੇ ਤੁਸੀਂ ਅੱਜ ਵੀ ਮੁਰਦਾਬਾਦ ਕਰੀ ਜਾ ਰਹੇ ਹੋ। ਇਹ ਜਿਹੜਾ ਆਜ਼ਾਦੀ ਦਾ ਜਸ਼ਨ ਮਨਾਉਣ ਡੇ ਆ ਨਾ, ਅਸੀਂ ਆਜ਼ਾਦ ਨਹੀਂ ਗਏ। ਜੇ ਅਸੀਂ ਕਿਤੇ ਆਜ਼ਾਦ ਹੁੰਦੇ ਨਾ, ਸਾਡੇ ਅੱਗੇ ਕੰਧਾਂ ਨਾ ਹੁੰਦੀਆਂ 13 ਫਰਵਰੀ ਨੂੰ, ਸਾਡੇ ਅੱਗੇ ਕਿੱਲ ਨਾ ਠੋਕੇ ਜਾਂਦੇ। ਜੇ ਅਸੀਂ ਕਿਤੇ ਆਜ਼ਾਦ ਹੁੰਦੇ ਨਾ, ਤਾਂ ਸਾਨੂੰ ਦਿੱਲੀ ਜਾਣ ਦਾ ਹੁਕਮ ਹੁੰਦਾ। ਅਸੀਂ ਆਜ਼ਾਦ ਨਹੀਂ ਗਏ, ਅਸੀਂ ਗੁਲਾਮ ਹਾਂ। ਅਸੀਂ ਇਸ ਕਰਕੇ ਜਿਹੜਾ ਵਾ ਅੱਜ ਇਹਨਾਂ ਦਾ ਵਿਰੋਧ ਕਰਨ ਡਏ ਹਾਂ। ਜਿਹੜਾ ਫਿਰ ਅਹਿਮਦ ਸ਼ਾਹ ਨੇ ਜਿਹੜੇ ਕਾਨੂੰਨ ਲਿਆਉਂਦੇ ਤਿੰਨ, ਉਹਨਾਂ ਕਾਨੂੰਨਾਂ ਨੂੰ ਪੜ੍ਹੋ ਕੀ ਆ। ਜਿਹੜਾ ਪਰਚਾ SHO ਨੇ ਕਰਤਾ, ਉਹਨੂੰ ਡਿਪਟੀ SSP ਕੋਈ ਕਿਤੇ ਰੱਦ ਨਹੀਂ ਕਰ ਸਕਦਾ, ਕਿਤੇ ਵੀ ਇਨਕੁਆਇਰੀ ਲੱਗ ਸਕਦੀ। ਜਿਹੜਾ ਆਪਣਾ ਰਿਮਾਂਡ ਲੈਂਦੇ ਹਾਂ ਆਪਣੇ ਦਲ 'ਤੇ ਪੇਸ਼ ਕਰਕੇ, ਉਸੇ ਰਿਮਾਂਡ ਮਿਲ ਜਾਂਦਾ ਸੀ। ਹੁਣ ਕੀ ਆ, ਹੁਣ 90 ਦਿਨ ਰਿਮਾਂਡ ਨਾ ਵੀ ਲੈਣਗੇ ਤਾਂ ਵੀ ਕੋਈ ਪੁੱਛਣ ਵਾਲਾ ਨਹੀਂ ਆ, ਭਾਵੇਂ ਨਜਾਇਜ਼ ਪਰਚੇ ਕਰ ਦੇਣਾ ਤਾਂ ਵੀ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਆ, ਅੱਗੇ ਵੀ ਨਜਾਇਜ਼ ਪਰਚੇ ਹੁੰਦੇ ਆ। ਸਾਡੇ ਜਿਹੜੇ ਚੋਰ MLA ਸਰਕਾਰਾਂ ਵਾ, ਇਹ ਨਜਾਇਜ਼ ਪਰਚੇ ਕਰਦੀਆਂ ਵਾ, ਇਹ ਕਾਨੂੰਨ ਬਣਾ ਰਿਹਾ ਵਾ ਕਿ ਜਿੰਨੇ ਮਰਜ਼ੀ ਨਜਾਇਜ਼ ਪਰਚੇ ਕਰਕੇ ਅਤੇ ਜੇਲ੍ਹਾਂ ਸੁੱਟੋ, ਉਹਦਾ ਵਿਰੋਧ ਕਰਨ ਵਾਸਤੇ, ਉਹਦੀਆਂ ਕਾਪੀਆਂ ਸਾੜਨ ਵਾਸਤੇ ਪੂਰੇ ਪੰਜਾਬ ਦੇ ਜਿੰਨੇ SDM ਵਾ, ਇਹਨਾਂ ਦੇ ਜਾ ਕੇ ਕਾਪੀਆਂ ਦਫ਼ਤਰੇ ਸਾੜਾਂਗੇ, DC ਦੇ ਦਫ਼ਤਰੇ ਜਾ ਕੇ ਕਾਪੀਆਂ ਸਾੜਾਂਗੇ, ਪੂਰੇ ਹਿੰਦੁਸਤਾਨ ਦੇ ਵਿੱਚ ਇਹਨਾਂ ਦੀਆਂ ਕਾਪੀਆਂ ਸਾੜਾਂਗੇ। ਅਸੀਂ ਇਹਨੂੰ ਮੋਦੀ ਨੂੰ ਦੱਸ ਦੇਣਾ ਚਾਹੁੰਦੇ ਹਾਂ, ਮੋਦੀ ਤੂੰ ਕਿਹੜੇ ਬਾਗ ਦੀ ਮੂਨੀ ਆ, ਤੇਰੀਆਂ ਜੜਾਂ ਪੁੱਟ ਦਾਂਗੇ, ਜੜਾਂ ਪੁੱਟ ਦਾਂਗੇ। ਜਿਹੜਾ ਤੂੰ ਸਾਡੇ ਕਿੱਲ ਠੋਕੇ ਕੰਧਾਂ ਕੀਤੀਆਂ ਵਾ, ਕਿੰਨਾ ਚਿਰ ਕਰ ਛੱਡੇਗਾ? 2 ਸਾਲ 4 ਸਾਲ 5 ਸਾਲ, ਜਿੰਨਾ ਚਿਰ ਮਰਜ਼ੀ ਅੰਦੋਲਨ ਚਲਾਣੀ ਲੜਾਂਗੇ, ਜਿੰਨਾ ਚਿਰ ਸਾਡੇ ਸਾਹ ਚੱਲਦੇ ਆ। ਪ੍ਰਧਾਨ ਜੀ, ਗੱਲ ਕਰ ਰਹੇ ਹੋ ਤੁਸੀਂ MLA ਨੂੰ ਚੋਰ ਦੱਸੀ ਜਾ ਰਹੇ ਹੋ,
ਸਟੇਜ ਦੇ ਉੱਤੇ ਉਹਨਾਂ ਦੇ ਨੁਮਾਇੰਦਗਾਂ ਨੂੰ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ, ਤੋਂ ਕੀ ਕਹਿਣਾ ਚਾਹੋ? ਜਿਹਨਾਂ ਚੋਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਵਾ, ਕੰਨ ਕੌਣ ਦੇ ਆ? ਅਸੀਂ ਇਹਨਾਂ ਨੂੰ ਆਉਂਦੇ ਹਾਂ, ਅਧਿਕਾਰੀਆਂ ਨੂੰ, ਇਹ ਵੀ ਚੋਰ ਵਾ। ਜੇ ਕਿਤੇ ਸੱਚਣ ਦੇ ਚੋਰ ਨਾ ਹੁੰਦੇ, ਪਿੰਡਾਂ 'ਚ ਨਸ਼ਾ ਨਾ ਬੰਦ ਹੋਣਾ, ਉਹਨਾਂ ਨੂੰ ਸਾਰੇ ਨਸ਼ਾ ਸ਼ਰਮ ਸਮੈਕ ਵਿਕਣ ਡੇ ਆ। ਭਗਵੰਤ ਮਾਨ ਕਹਿੰਦਾ ਮੈਂ ਚਾਹੋ ਹੱਥਾਂ ਨਸ਼ਾ ਖਤਮ ਕਰ ਦੂੰਗਾ। ਕਰਤੇ ਆ, ਘਰ ਘਰ ਜਿਹੜੀਆਂ ਲਾਸਾਂ ਚੁੱਕ ਕੇ ਮੰਡੀਆਂ ਨੂੰ ਤੁਰੇ ਜਾਣ ਡੇ ਆ, ਤਾਂ ਅਸੀਂ ਇਹਨਾਂ SDM ਨੂੰ, DC, SSP, ਡਿਪਟੀ ਨੂੰ, SH ਨੂੰ ਤਾਂ ਚੋਰ ਆਉਂਦੇ ਹਾਂ ਵੀ ਘਰ ਘਰ ਨਸ਼ਾ ਤੁਸੀਂ ਬੰਦ ਨਹੀਂ ਜੇ ਕਰ ਸਕੀ। ਪ੍ਰਧਾਨ ਜੀ, ਗੱਲ ਨਸ਼ੇ ਦੀ ਚੱਲ ਗਈ ਤਾਂ ਖਡੂਰ ਸਾਹਿਬ ਪਵਿੱਤਰ ਨਗਰੀ ਹੈ, ਨਸ਼ਾ ਲੋਕਾਂ ਨੂੰ ਬੱਚਿਆਂ ਨੂੰ ਲਗਾਤਾਰ ਨਿਕਲਦਾ ਜਾ ਰਿਹਾ, ਤਾਂ SDM ਖਡੂਰ ਸਾਹਿਬ ਦੇ ਨੇੜੇ ਹੀ ਰੈਸਟ ਹਾਊਸ ਹੈ, ਉੱਥੇ ਕਦੀ ਤੁਸੀਂ ਜਾ ਕੇ ਦੇਖਿਓ, ਉੱਥੇ ਤਾਂ ਨਸ਼ੇ ਦਾ ਅੱਡਾ ਬਣਿਆ ਹੋਇਆ ਹੈ, ਲੱਗਦਾ ਕਿ ਪੂਰਾ ਤਰਨ ਤਾਰਨ ਜ਼ਿਲ੍ਹਾ ਉੱਥੇ ਆਣ ਕੇ ਨਸ਼ਾ ਕਰਦਾ, ਤਾਂ ਕੀ ਕਹਿਣਾ ਚਾਹੋਗੇ? ਇਕੱਲਾ SDM ਦੇ ਦਫ਼ਤਰ ਦੇ ਲਾਗੇ ਨਹੀਂ ਗਾ, ਆਪਣਾ ਹਸਪਤਾਲ ਵੇਖ ਲਓ ਖਡੂਰ ਸਾਹਿਬ ਦਾ, ਉੱਥੇ ਇਹੋ ਜਿਹਾ ਹਾਲਾਤ ਵਾ। ਇੱਕ ਦਿਨ ਮੇਰੇ ਭਰਾ ਦਾ ਹੱਥ ਵੱਢਿਆ ਗਿਆ, ਪੱਟੀ ਕਰਾਉਣ ਆਇਆ ਹਾਂ, ਤਾਂ ਨਰਸਾਂ ਕਹਿੰਦਾ ਸਾਡੇ ਇੱਥੇ ਦਫ਼ਤਰ ਦਾ ਧਿਆਨ ਰੱਖਿਓ, ਮੈਂ ਪੱਟੀ ਕਰ ਦਿੰਦੀ ਹਾਂ, ਕਿਤੇ ਸਰਿੰਜਾ ਨਾ ਚੁੱਕ ਕੇ ਲੈ ਜਾਣਾ। ਇਹ SDM ਸੁੱਤਾ ਵਾ, ਇਹਨੂੰ ਨਹੀਂ ਪਤਾ ਖਡੂਰ ਸਾਹਿਬ 'ਚ ਕੀ ਹੋਣ ਡਿਆ ਵਾ, ਘਰ ਘਰ ਨਸ਼ਾ ਵਿਕਣ ਡਿਆ ਵਾ, SHO ਸੁੱਤੀ ਆ, ਡਿਪਟੀ ਸੁੱਤਾ ਵਾ, ਇੱਥੇ ਤਾਂ ਵੱਡੇ ਹਾਰ ਪਾਉਣ ਡਿਆ, ਆਣ ਕੇ ਫਲੈਗ ਚੜ੍ਹਾਉਣ ਡਿਆ, ਕੀ ਫਲੈਗ ਕਰਨੇ ਅਸੀਂ ਚੜ੍ਹਾ ਕੇ? ਜਦੋਂ ਸਾਡੇ ਬੱਚੇ ਨਾਰੇ, ਉਹਨਾਂ ਦੀਆਂ ਲਾਸਾਂ ਨੌਜਵਾਨਾਂ ਦੀਆਂ ਚੁੱਕ ਚੁੱਕ ਅਸੀਂ ਮੜੀਆਂ ਨੂੰ ਤੁਰੇ ਜਾਣ ਡਿਆ, ਕਦ ਇਹਨਾਂ ਦਾ ਕਾਹ ਯਾਰ? ਅੱਜ ਦੀ ਹੁਣ ਦੀ ਅੱਗੇ ਦੀ ਰਣਨੀਤੀ ਕੀ ਰਹਿ ਗਈ ਤੁਹਾਡੀ? ਅੱਗੇ ਰਣਨੀਤੀ ਇਹ, ਅਸੀਂ 1 ਜੂਨ ਆਇਆ ਵਾ, ਬੜਾ ਵੱਡਾ ਕਾਫਲਾ 1 ਜੂਨ 'ਚੋਂ ਲੈ ਕੇ ਆਇਆ, 250 ਟਰੈਕਟਰ ਆਇਆ ਵਾ, 3 ਜੂਨ ਅਜੇ ਹੋਰ ਆਉਣੇ ਆ ਇੱਥੇ, ਇੱਥੇ ਅਸੀਂ ਮੀਟਿੰਗ ਕਰਕੇ ਕੋਈ ਵੱਡਾ ਐਕਸ਼ਨ ਨਹੀਂ ਹੁਣ ਕੱਢਾਂਗੇ। ਕੋਈ ਇਹ ਨਹੀਂ ਵੀ ਕਾਪੀਆਂ ਸਾੜ ਕੇ ਅਤੇ ਵਾਪਸ ਮੁੜ ਜਾਵਾਂਗੇ। ਤੁਹਾਨੂੰ ਪਤਾ ਵਾ ਸਾਡਾ ਇੱਕ ਆਗੂ ਵਾ, ਜ਼ਿਲ੍ਹੇ ਦਾ ਆਗੂ ਵਾ, ਉਹਦਾ ਪੋਤਲਾ ਸ਼ਹੀਦ ਹੋਇਆ ਵਾ, ਉਹ ਸ਼ਰੇ ਮਾਰਿਆ ਉਹ ਗੁੰਡਿਆਂ ਨੇ, ਉਹਨੂੰ ਅਜੇ ਤਾਈਂ ਗ੍ਰਿਫਤਾਰੀ ਨਹੀਂ ਹੋਈ ਉਹਨਾਂ ਦੀ, ਜਿੰਨਾ ਚਿਰ ਗ੍ਰਿਫਤਾਰੀ ਨਹੀਂ ਹੁੰਦੀ ਇਹਨਾਂ ਦਾ ਖਹਿੜਾ ਨਹੀਂ ਛੱਡਾਂਗੇ। ਅੱਜ ਕੋਈ ਤਗੜਾ ਐਕਸ਼ਨ ਕਰਾਂਗੇ, ਫਿਰ ਹੀ ਨਾ ਇਹਨਾਂ 'ਤੇ ਕੋਈ ਜੂਨ ਸਰ ਕੇ ਸਦਰ ਥਾਣੇ ਸਾਡਾ ਧਰਨਾ ਲੱਗਾ ਵਾ, ਕੋਈ ਇਹਨਾਂ ਮੁੱਦਾ ਨਹੀਂ ਹੱਲ ਕੀਤਾ, ਸੂਬਾ ਕਮੇਟੀ ਨੂੰ ਮੀਟਿੰਗ ਲਾ ਕੇ ਕੋਈ ਵੱਡਾ ਐਕਸ਼ਨ ਵੀ ਲਿਖਾਂਗੇ। ਸੋ ਇਹ ਸਨ ਸਾਡੇ ਨਾਲ ਕਿਸਾਨ ਆਗੂ ਦਿਆਲ ਸਿੰਘ ਮੀਆਂ ਮਿੰਡ ਜੀ, ਜੋ ਕਿ ਅੱਜ ਇੱਕ ਕਾਲ ਦਿੱਤੀ ਗਈ ਸੀ ਕਿਸਾਨਾਂ ਵੱਲੋਂ ਕਿ ਜਿਹੜਾ ਆਜ਼ਾਦੀ ਦਿਹਾੜੇ 'ਤੇ ਜਿਹੜਾ ਇੱਕ ਟਰੈਕਟਰ ਮਾਰਚ ਕੀਤਾ ਜਾਵੇਗਾ, ਤੁਸੀਂ ਇਹ ਆਪਣਾ ਮਾਰਚ ਲੈ ਕੇ ਦਾਣਾ ਮੰਡੀ ਖਡੂਰ ਸਾਹਿਬ ਵਿਖੇ ਪੁੱਜੇ ਨੇ, ਜਿੱਥੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜੇ ਨਵੇਂ ਬਣੇ ਕਾਨੂੰਨ ਹੈ ਉਹਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ, ਤਾਂ ਹੋਰ ਵੀ ਕੋਈ ਜਿਹੜਾ ਇੱਕ ਇਹਨਾਂ ਵੱਲੋਂ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਅਗਲਾ ਸੰਘਰਸ਼ ਕੀ ਉਲੀਕਦੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕੈਮਰਾਮੈਨ ਬਲਜੀਤ ਨਾਲ ਰਵੀ ਖਹਿਰਾ, ਪੰਜਾਬੀ ਲੋਕ ਚੈਨਲ, ਸ਼੍ਰੀ ਖਡੂਰ ਸਾਹਿਬ।